ਮੈਂ ਤੁਹਾਡਾ ਰਿਸ਼ਤੇਦਾਰ ਆਸਟ੍ਰੇਲੀਆ ਤੋਂ ਬੋਲ ਰਿਹਾ ਉਹ ਕਹਿੰਦਾ ਮੈਂ ਆਪਣੇ ਪੇੜ ਤੋਂ ਪੈਸੇ ਲੈਣੇ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਮੈਂ ਆਪਣੇ ਪੇੜ ਨੂੰ ਦੱਸਾਂਗਾ ਤੇ ਮੈਨੂੰ ਸਰਪ੍ਰਾਈਜ਼ ਦੀ ਖਤਮ ਹੋ ਜਾਏਗੀ ਇਹ ਸਰਪ੍ਰਾਈਜ਼ ਤੁਹਾਨੂੰ ਮਿਲ ਗਿਆ ਫਿਰ ਇਹ ਸਾਈਪਰੇ ਮੁੰਦੂਨ ਮਿਲ ਗਿਆ 9,8000 ਰੁਪਏ ਦਾ ਜੀ 25 ਲੱਖ ਇੱਕ ਅਸ਼ੋਕ ਵਰਮਾ ਬੈਂਕ ਮੈਨੇਜਰ ਨੇ ਕਿਹਾ ਤੁਹਾਡੇ ਖਾਤੇ 25 ਲੱਖ ਰੁਪਏ ਆ ਗਏ 48 ਘੰਟੇ ਬਾਅਦ ਤੁਹਾਡੀ ਪੇਮੈਂਟ ਹੋ ਜਾਏਗੀ ਅਸੀਂ ਬੈਂਕ ਚ ਜਾ ਕੇ ਪਤਾ ਕੀਤਾ ਬੈਂਕ ਵਾਲਿਆਂ ਕਹਿੰਦੇ ਕੋਈ ਪੇਮੈਂਟ ਨਹੀਂ ਆਈ ਹੈ ਦੁਨੀਆ ਧੋਖਾ ਦੇ ਕੇ ਅਕਲਮੰਦ ਹੋ ਗਈ ਔਰ ਹਮ ਭਰੋਸਾ ਕਰਕੇ ਗੁਨਾਹਗਾਰ ਹੋ ਗਏ ਸਸ਼ੀ ਗੱਲ ਦੋਸਤੋ ਮੈਂ ਆ ਡੀਐਸ ਕੱਕਰ ਤੇ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਅੱਜ ਅਸੀਂ ਰਾਜਪੁਰੇ ਦੇ ਇੱਕ ਪਰਿਵਾਰ ਦੇ ਵਿੱਚ ਪਹੁੰਚਿਆ ਜਿੱਥੇ ਕੀ ਦੱਸਣਾ ਚਾਹਵਾਂਗੇ ਕੁਝ ਉਹਨਾਂ ਦੇ ਨਾਲ ਫਰਾਡ ਹੋਇਆ ਉਹਨਾਂ ਦੇ ਨਾਲ ਧੋਖਾ ਹੋਇਆ ਉਹਨਾਂ ਦੀ ਜਮਾ ਪੂੰਜੀ ਜਿਹੜੀ ਉਹਨਾਂ ਨੇ ਮਿਹਨਤ ਨਾਲ ਕਮਾਈ ਸੀ ਉਹ ਕਿਸ ਤਰ੍ਹਾਂ ਲੁੱਟੀ ਗਈ ਔਰ ਕਿਸ ਤਰ੍ਹਾਂ ਉਹਨਾਂ ਤੋਂ ਉਹਨਾਂ ਦੇ ਨਾਲੇ ਫਰਾਡ ਹੋਇਆ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਕਰਾਉਂਦੇ ਆ ਸਾਡੇ ਨਾਲ ਮੌਜੂਦ ਹੈ ਅਰुण ਭਰਦਵਾਜ ਜੀ ਜੋ ਕਿ ਰੇਲਵੇ ਤੋਂ ਰਿਟਾਇਰ ਹੋਏ ਨੇ ਔਰ ਇੱਕ ਫੋਨ ਕਾਲ ਦੇ ਰਾਹੀਂ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਕਿੱਦਾਂ ਪੈਸੇ ਜਾਂਦੇ ਨੇ ਕਿਸ ਤਰੀਕੇ ਆਪਣੇ ਹੱਥੀਂ ਉਹ ਪੈਸੇ ਟਰਾਂਸਫਰ ਕਰਦੇ ਨੇ ਕਿੱਦਾਂ ਇੱਕ ਪਰਦਾ ਅੱਖਾਂ ਤੇ ਪੈ ਜਾਂਦਾ ਹੈ ਔਰ ਇਹ ਲੋਕ ਜਿਹੜੇ ਇਹ ਲੁਟੇਰੇ ਕਹਾਂਗੇ ਅਸੀਂ ਜਿਹੜੇ ਹੈ ਕਿਸ ਤਰੀਕੇ ਕਨਵਿੰਸ ਕਰਦੇ ਆ ਇਮੋਸ਼ਨਲ ਕਰਦੇ ਆ ਲੋਕਾਂ ਨੂੰ ਅੱਜ ਦੀ ਇਹ ਖਬਰ ਤੁਹਾਨੂੰ ਦਿਖਾਉਣ ਦਾ ਇੱਕ ਮਕਸਦ ਇਹ ਵੀ ਹੈ ਵੀ ਹਾਂ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਅਜਿਹੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਸਮਾਜ ਦੇ ਵਿੱਚ ਕੁਰੀਤੀਆਂ ਫੈਲੀਆਂ ਹੋਈਆਂ ਐ ਜਿਹੜੇ ਜਿਹੜੇ ਲੋਕ ਧੋਖਾ ਦੇ ਰਹੇ ਨੇ ਔਰ ਤੁਹਾਡੀ ਮਿਹਨਤ ਦੀ ਕਮਾਈ ਦੇ ਉੱਪਰ ਜਿਹੜਾ ਡਾਕਾ ਪਾ ਰਹੇ ਨੇ ਅ ਅਰुण कुमार ਜੀ ਤੁਹਾਡਾ ਸਵਾਗਤ ਹੈ ਜਗਬਾਨੀ ਟੀਵੀ ਤੇ ਔਰ ਦੱਸੋ ਕੀ ਮਸਲਾ ਪੂਰਾ ਹੋਇਆ ਕਿਦਾਂ ਨਿਮਲਸ਼ਕਰ ਜੀ ਮੈਂ ਅਰਦ ਕਮਲ ਭਰਦਵਾ ਨਲਾਸ ਰੋਡ ਰਾਜਪੁਰੇ ਤੋਂ ਬੋਲ ਰਿਹਾ ਹਾਂ 30 30 ਸਤੰਬਰ 2020 ਨੂੰ 12 ਵਜੇ ਕਰੀਬ ਨੂੰ ਫੋਨ ਆਇਆ ਮੈਂ ਤੁਹਾਡਾ ਰਿਸ਼ਤੇਦਾਰ ਆਸਟ੍ਰੇਲੀਆ ਤੋਂ ਬੋਲ ਰਿਹਾ ਤੁਹਾਡੀ ਸਾਲੀਆਂ ਲੜਕਾ ਮਨੂ ਮਾਸਰ ਜੀ 1,70,000 ਰੁਪਏ ਦਿਓ 1,70,000 ਲੈਣ ਦੇ ਬਾਵਜੂਦ 3,30,000 ਰੁਪਏ ਨੇ ਇੱਕ ਤਰੀ ਨੂੰ ਲਿਆ ਇੱਕ 10 ਰੁਪਏ ਔਰ ਤਿੰਨ ਤਰੀ ਨੂੰ ਮੇਰੇ ਕੋਲ 480000 ਰੁਪਏ ਲਿਆ ਕਹਿੰਦਾ ਮੈਂ ਮੁਸੀਬਤ ਫਸਿਆ ਹਾਂ ਟੋਟਲ ਮੇਰੇ ਕੋਲ 980000 ਰੁਪਏ ਲਿਆ ਲੈਆ ਬੈਂਕ ਦੇ ਥਰੂ ਜੋ ਕਿ ਮੇਕਨਾ ਖਾਤਾ ਪੰਜਾਬ ਨੈਸ਼ਨਲ ਬੈਂਕ ਬੋਪਾਲ ਦੇ ਖਾਤੇ ਚ ਗਿਆ ਪਿਆ ਹਾਂ ਨਹੀਂ ਜਦੋਂ ਤੁਸੀਂ ਪੈਸੇ ਡਿਪੋਜ਼ਿਟ ਕਰਾਏ ਤੁਹਾਨੂੰ ਪਤਾ ਨਹੀਂ ਇਹ ਪਪਾਲ ਦੇ ਖਾਤੇ 'ਚ ਜਾ ਰਹੇ ਹਨ ਪਤਾ ਸੀ ਉਹਨਾਂ ਨੇ ਕਿਹਾ ਜੀ ਇਹ ਏਜੰਟ ਹੈ ਏਜੰਟ ਥਰੂ ਪੈਸੇ ਹੈ ਮੈਂ ਪੈਸੇ ਉੱਥੇ ਆਪਣੇ ਦੇ ਕੇ ਟਿਕਟ ਬੁੱਕ ਕਰਾ ਕੇ ਮੈਂ ਆਸਟ੍ਰੇਲੀਆ ਤੋਂ ਜਨਦਰ ਵਾਪਸ ਆਵਾਂਗਾ ਕਿਉਂਕਿ 26 ਦਿਨ ਮੇਰੀ ਮੈਡੀਕ ਹੈ ਨਹੀਂ ਤੇ ਫਿਰ ਉਹਨੇ ਆਪਣੇ ਪੇਰੈਂਟਸ ਤੋਂ ਕਿਉਂ ਨਹੀਂ ਮੰਗੇ ਪੈਸੇ ਤੁਹਾਡੇ ਤੋਂ ਕਿਉਂ ਮੰਗੇ ਉਹ ਉਹ ਕਹਿੰਦਾ ਮੈਂ ਇਸ ਕਰਕੇ ਆਪਣੇ ਪੇਰੈਂਟਸ ਤੋਂ ਪੈਸੇ ਨਹੀਂ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਮੈਂ ਆਪਣੇ ਪੇਰੈਂਟਸ ਨੂੰ ਦੱਸਾਂਗਾ ਤੇ ਮੇਰੀ ਸਰਪ੍ਰਾਈਜ਼ ਬੜੀ ਖਤਮ ਹੋ ਜਾਏਗੀ ਇਹ ਸਰਪ੍ਰਾਈਜ਼ ਤੁਹਾਨੂੰ ਮਿਲ ਗਿਆ ਫਿਰ ਇਹ ਸਰਪ੍ਰਾਈਜ਼ ਮੁੰਦੂ ਨੂੰ ਮਿਲ ਗਿਆ 980000 ਰੁਪਏ ਦਾ ਜੀ ਨਹੀਂ ਤੁਸੀਂ ਉਹਨੂੰ ਕਾਰਨ ਨਹੀਂ ਪੁੱਛਿਆ ਵੀ ਤੈਨੂੰ ਕਿਸ ਲਈ ਚਾਹੀਦੇ ਐਨੇ ਪੈਸੇ ਉਹ ਕਹਿੰਦਾ ਜੀ ਮੈਂ ਤੁਹਾਡੇ ਜਿਹੜੇ 12 ਲੱਖ 60000 ਰੁਪਏ ਦੇ ਗਏ ਉਹ ਵਿੱਚੋਂ ਕਰ ਦੋ 25 ਲੱਖ ਦੇ ਵਿੱਚੋਂ ਉਹ 980000 ਰੁਪਏ ਮੈਨੂੰ ਦੇ ਦਿਓ ਨਹੀਂ 25 ਲੱਖ ਕਿਹੜਾ 25 ਲੱਖ ਇੱਕ ਅਸ਼ੋਕ ਵਰਮਾ ਬੈਂਕ ਮੈਜਨੇ ਲੇ ਗਿਆ ਤੁਹਾਡੇ ਖਾਤੇ 25 ਲੱਖ ਰੁਪਏ ਆ ਗਏ 48 ਘੰਟੇ ਬਾਅਦ ਤੁਹਾਡੀ ਪੇਮੈਂਟ ਹੋ ਜਾਏਗੀ ਅਸੀਂ ਬੈਂਕ 'ਤੇ ਜਾ ਕੇ ਪਤਾ ਕੀਤਾ ਬੈਂਕਾਂ ਲੈ ਕੇ ਕੋਈ ਪੇਮੈਂਟ ਨਹੀਂ ਆਈਗੀ ਨਹੀਂ ਜੇ ਤੁਸੀਂ ਬੈਂਕ ਪਤਾ ਕੀਤਾ ਉਹਦੇ ਬਾਅਦ ਵੀ ਤੁਸੀਂ ਪੈਸੇ ਦਿੱਤੇ ਉਹਨਾਂ ਨੂੰ ਨਹੀਂ ਉਸ ਤੋਂ ਬਾਅਦ ਮੈਂ ਪੇਮੈਂਟ ਦਿੱਤੀ ਮੈਨੂੰ ਇੱਕ ਚੀਜ਼ ਸਮਝਾਓ ਥੋੜੀ ਡਿਟੇਲ ਚ ਵੀ ਤੁਹਾਨੂੰ ਪਹਿਲਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਖਾਤੇ 'ਚ ਅਸੀਂ ਪੈਸੇ ਪਾ ਰਹੇ ਹਾਂ ਜਿਹੜਾ ਜਿਹੜਾ ਤੁਹਾਡਾ ਰਿਸ਼ਤੇਦਾਰ ਹੈ ਮੇਰਾ ਜਿਹੜਾ ਰਿਸ਼ਤੇਦਾਰ ਹੈ ਸਾਲਿਆ ਲੜਕਾ ਉਹਨੇ ਕਿਹਾ ਮੈਂ ਤੁਹਾਡੇ ਖਾਤੇ 'ਚ 10 ਲੱਖ ਰੁਪਏ ਪਾਤਾ ਬਾਅਦ ਚ ਫੋੜਕ ਦਾ ਪਤਾ 10 ਲੱਖ ਰੁਪਏ ਪਾਤਾ 25 ਲੱਖ ਰੁਪਏ ਆ ਗਿਆ ਤੇ 12 ਲੱਖ 80 ਹਜ਼ਾਰ ਅਸੀਂ ਜੇ ਤੁਰ ਬਕਾਇਆ ਦੇਣਾ ਉਹ ਤੁਸੀਂ ਆਪਣਾ ਰੱਖ ਲਓ ਤੁਸੀਂ ਉਹਨਾਂ ਤੋਂ ਲੈਣੀ ਸੀ 12 ਲੱਖ ਤੁਸੀਂ ਉਹਨਾਂ ਤੋਂ 12 ਲੱਖ 80 ਪਰ ਉਹ ਤੁਹਾਡੀ ਸਾਲੀ ਦਾ ਲੜਕਾ ਨਹੀਂ ਸੀ ਨਹੀਂ ਜੋ ਬਾਅਦ ਚ ਪਤਾ ਲੱਗਾ ਕਿ ਸਾਲੂ 4-3 ਨੂੰ ਜਦੋਂ ਕਮੇਟੀ ਦੇ ਲੜਕੀਆਂ ਨੂੰ ਫੋਨ ਆਇਆ ਕਹਿੰਦੇ ਡੜੀ ਹੈ ਲੜਕਾ ਗਲਤਤਾ ਹੈ ਲੜਕਾ ਹੋ ਰਹੀ ਹੈ ਇਹ ਫਿਰ ਉਹਨੂੰ ਕਿੱਦਾਂ ਪਤਾ ਵੀ ਤੁਸੀਂ 12 ਲੱਖ 80 ਹਜ਼ਾਰ ਲੈਣਾ ਸੀ ਇਹ ਦੇਖੋ ਜੀ ਕਿਦਾਂ ਨੇ ਸਾਲੀ ਫਿਲਮ ਜਲਾ ਕੇ ਉਹਦੇ ਸਾਨੂੰ ਗੁੰਮਰਾ ਕੇ ਤਾਂ ਗਿਆ ਜੀ ਨਹੀਂ 12 ਲੱਖ 80 ਹਜ਼ਾਰ ਦੀ ਫਿਗਰ ਤੁਸੀਂ ਦੱਸੀ ਕਿ ਉਹਨਾਂ ਨੇ ਦੱਸੀ ਸੀ ਉਹਨਾਂ ਨੇ ਦੱਸੀ ਜੀ ਉਹ ਦੱਸੀ ਉਹਨਾਂ ਨੇ ਟੋਟਲ 25 ਲੱਖ ਰੁਪਏ ਤੁਹਾਡੇ ਖਾਤੇ ਪਾ ਰਿਆ ਤੇ 12 ਲੱਖ 80 ਹਜ਼ਾਰ ਜਿਹੜਾ ਸਾਡਾ ਬਕਾਇਆ ਹੈਗਾ ਅਸੀਂ ਤੁਹਾਨੂੰ ਦੇ ਦੇਣਾ ਇਹਦਾ ਮਤਲਬ ਕੋਈ ਨਾ ਕੋਈ ਤੁਹਾਡਾ ਰਿਸ਼ਤੇਦਾਰ ਜਾਂ ਘਰ ਦਾ ਬੰਦਾ ਵਿੱਚ ਇਨਵੋਲਡ ਜ਼ਰੂਰ ਹੋਏਗਾ ਵੀ ਜਿਹਨੂੰ ਇਹ ਪਤਾ ਹੈ ਵੀ ਤੁਸੀਂ ਉਹਨਾਂ ਤੋਂ ਪੈਸੇ ਲੈਣੇ ਆ ਇਦੇ ਬਾਰੇ ਸਿਰਫ ਦੀ ਮਾਂ ਨੂੰ ਤੇ ਪਿਓ ਨੂੰ ਪਤਾ ਔਰ ਕਿਸੇ ਬੰਦੇ ਨੂੰ ਨਹੀਂ ਪਤਾ ਨਹੀਂ ਫਿਰ ਇਹ ਕਿਦਾਂ ਫਿਗਰ ਬਾਹਰ ਕਿਦਾਂ ਆਈ ਮਤਲਬ ਤੁਸੀਂ ਇਹ ਕਿਦਾਂ ਸੋਚ ਸਕਦੇ ਹੋ ਵੀ ਇਹ ਤਾਂ ਉਹਨਾਂ ਨੂੰ ਐਗਜ਼ੈਕਟ ਅਮਾਉਂਟ ਪਤਾ ਵੀ ਤੁਸੀਂ 12 ਲੱਖ 80 ਹਜ਼ਾਰ ਰੁਪਏ ਲੈਣੇ ਆਉਣਾ ਹਾਂ ਹਾਂਜੀ ਹਾਂਜੀ ਇਹ ਦੇਖੋ ਕਿ ਇਹਨਾਂ ਨੇ ਕਿਦਾਂ ਇੱਕ ਸਕੀਮ ਕਰਕੇ ਸਾਡੇ ਕੋਲ ਪੈਸੇ ਘਟਾ ਕੇ ਬੜੀ ਸਾਡੀ ਮਿਹਨਤ ਦੇ ਪੈਸੇ ਆ 40 ਸਾਲ ਦਾ ਰੇਲਵੇ ਦੇ ਡਿਊਟੀ ਕੀਤੀ ਹੈ ਤੁਸੀਂ ਪੁਲਿਸ 'ਚ ਕੋਈ ਕੰਪਲੇਂਟ ਕਰੀ ਹੈ ਮੈਂ ਪੁਲਿਸ ਦੇ ਐੱਸਐੱਸਪੀ ਕ੍ਰਾਈਮ ਸੈੱਲ ਪਟਿਆਲਾ ਐੱਸਐੱਸਪੀ ਆਫਿਸ ਪਟਿਆਲਾ ਡੀਐੱਸਪੀ ਰਾਜਪੁਰਾ ਨੂੰ ਸਾਨੂੰ ਲਿਖਰ ਰਿਪੋਰਟ ਤੇ 6 6 ਤਰੀਕ 10 ਮਿਲੇ ਡਿਟੇਲ ਕੰਪਲੀਟ ਦੇ ਆ ਕੇ ਆ ਉਹ ਜੋ ਆਨਲਾਈਨ ਕੰਪਲੀਟ ਅਥਰੀਟੀ ਨੂੰ ਵੀ ਕੀਤੀ ਆ ਤੇ ਕੀ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਉਹਨਾਂ ਨੇ ਇਹ ਆਸ਼ਵਾਸਨ ਦਿੱਤਾ ਕਿ ਤੁਹਾਡੀ ਸੇ ਕਾਰਵਾਈ ਕਰ ਰਹੇ ਆ ਇਹ ਸਾਈਬਰ ਸੈੱਲ ਚ ਵੀ ਕੰਪਲੀਟ ਕਰੀ ਐ ਸਾਈਬਰ ਸੈੱਲ ਦੇ ਇੰਸਪੈਕਟਰ ਪ੍ਰਿਤਪਾਲ ਜੀ ਨੇ ਕੰਪਲੀਟ ਕੀਤੀ ਸੀ ਠੀਕ ਹੈ ਤੇ ਕੀ ਹੁਣ ਤੁਸੀਂ ਕੀ ਮੰਗ ਕੀ ਆ ਤੁਹਾਡੇ ਹੁਣ ਇਸ ਵੇਲੇ ਅਸੀਂ ਮੰਗਿਆ ਕਰਦੇ ਕਿ ਦੋਸ਼ੀ ਨੂੰ ਜਲਦੀ ਜਲਦੀ ਪਕੜਿਆ ਜਾਵੇ ਔਰ ਸਾਡੇ ਪੈਸੇ ਸਾਨੂੰ ਦਵਾਏ ਕਿਉਂਕਿ ਮੈਂ ਗਰੀਬ ਆਦਮੀ ਹਾਂ ਮੈਂ 40 ਸਾਲ ਦੇ ਲਈ ਸੇਵਾ ਕੀਤੀ ਹੈ ਦੇਲੀ ਸੇਵਾ ਕਰਨ ਦੇ ਬਾਵਜੂਦ ਇਹ ਪੈਸੇ ਮਦੋਂ ਮਿਲਣੇ ਚਾਹੀਦੇ ਆ ਅੱਗੇ ਤੋਂ ਜੋ ਕੀ ਯਾਰ ਦੋਸਤ ਹੈ ਉਹ ਇਸ ਦੁਰਘਟਨਾ ਤੋਂ ਬਚਾ ਇਸ ਨਹੀਂ ਇਹ ਤੁਹਾਡੀ ਸੋਚ ਤਾਂ ਵਧੀਆ ਵੀ ਅੱਗੇ ਕਿਸੇ ਹੋਰ ਨਾਲੇ ਮਾੜਾ ਕੰਮ ਨਾ ਹੋਏ ਪਰ ਇੱਕ ਚੀਜ਼ ਐ ਦੱਸੋ ਤੁਸੀਂ ਰੇਲਵੇ ਤੋਂ ਰਿਟਾਇਰ ਹੋਏ ਹੋ ਅਬ ਆਬਵੀਅਸ ਹੈ ਤੁਸੀਂ ਪੜ੍ਹੇ ਲਿਖੇ ਇਨਸਾਨ ਹੋ ਪਰ ਤਨੂੰ ਕਿੱਦਾਂ ਤੁਸੀਂ ਝਾਂਸੀ 'ਚ ਕਿੱਦਾਂ ਆ ਗਿਆ ਨਾ ਚਾਂਸੀ ਚ ਦਿਮਾਗ ਇਹੋ ਜਿਹਾ ਕਰਤਾ ਕਿ ਉਹਦੇ ਕੋਲ ਕਿਹਾ ਜੀ ਮੈਂ ਤੁਹਾਡਾ ਰਿਸ਼ਤੇਦਾਰ ਬੋਲ ਰਿਹਾ ਆ ਸਟ੍ਰੇਲੀਆ ਤੋਂ ਸਾਲੀਆ ਲੜਕਾ ਬੋਲ ਰਿਹਾ ਆ ਇਹ ਬਹੁਤ ਪ੍ਰੋਬਲਮ ਹੈ ਵਾਈਫ ਹੋਵੇ ਕੱਲ ਬਾਤ ਕੀਤੀ ਵਾਈਫ ਹੋਵੇ ਮਾਸੀ ਕਾਕੇ ਕਿਹਾ ਉਹਨੂੰ ਮਾਸਟਰ ਕਾਕੇ ਨਾਲ ਗੱਲ ਕੀਤੀ ਸਾੜੀ ਸੋ ਦੋਸਤੋ ਇਹ ਜਿਹੜਾ ਇਹਨਾਂ ਦੇ ਨਾਲ ਫਰਾਡ ਹੋਇਆ ਹੈ ਅਜਿਹੀ ਕਈ ਵਾਰੀ ਅੱਜਕੱਲ ਬਹੁਤ ਦੇਖਣ ਨੂੰ ਮਿਲ ਰਹੇ ਨੇ ਆਨਲਾਈਨ ਫਰਾਡਸ ਵੀ ਚੱਲ ਰਹੇ ਨੇ ਤੁਹਾਨੂੰ ਮੈਸੇਜ ਵੀ ਆਉਂਦੇ ਨੇ ਤੁਹਾਡੇ ਮੋਬਾਈਲ ਦੇ ਉੱਪਰ ਮੈਸੇਜ ਪਾਏ ਜਾਂਦੇ ਆਂ ਵੀ ਹਾਂ ਤੁਸੀਂ ਅਨੇ ਪੈਸੇ ਜਮ੍ਹਾਂ ਕਰਾਓ ਨਹੀਂ ਤਾਂ ਇੱਕ ਮੈਸੇਜ ਹੁਣ ਰੀਸੈਂਟਲੀ ਹੋਰ ਵੀ ਆਇਆ ਸੀ ਦੱਸਣਾ ਚਾਹਾਂਗੇ ਬਿਜਲੀ ਦਾ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ ਜੇ ਤੁਸੀਂ ਇਸ ਨੰਬਰ ਤੇ ਕਾਲ ਕਰੋ ਇਹ ਹੈ ਜੇ ਆਨਲਾਈਨ ਫਰਾਡਸ ਇਸ ਵੇਲੇ ਬਹੁਤ ਜ਼ਿਆਦਾ ਚੱਲ ਰਹੇ ਨੇ ਤੇ ਸਾਨੂੰ ਵੀ ਜ਼ਰੂਰਤ ਹੈ ਇਹਨਾਂ ਬਾਰੇ ਅਵੇਅਰ ਹੋਣ ਦੀ ਔਰ ਇਹਨਾਂ ਤੋਂ ਬਚਣ ਦੀ ਅੱਜ ਅਰੁਣ ਭਰਦਵਾਜੀ ਦੇ ਨਾਲ ਜਿਹੜਾ ਇਹ ਹਾਦਸਾ ਹੋਇਆ ਹੈ ਇਹਨਾਂ ਦੀ ਜਮਾ ਪੂੰਜੀ ਜਿਹੜੀ ਹੈ ਚਲੀ ਗਈ ਕੋਈ ਸ਼ੱਕ ਨਹੀਂ ਵੀ ਹਾਂ ਜਿਹੜੇ ਟੈਲੀਫੋਨ ਨਾਲ ਰਾਹੀਂ ਇਹ ਗੱਲ ਕਰਦੇ ਨੇ ਉਹ ਪੂਰੀ ਤਰ੍ਹਾਂ ਇੱਕ ਹਿਪਨੋਟਾਈਜ਼ ਕਹਿ ਸਕਦੇ ਆ ਵੀ ਕਰ ਲੈਂਦੇ ਬੰਦੇ ਨੂੰ ਯਾ ਉਹਦੇ ਉਹਨੂੰ ਇਸ ਤਰੀਕੇ ਕਨਵਿੰਸ ਕਰ ਲੈਂਦੇ ਨੇ ਵੀ ਹਾਂ ਉਹ ਸੱਚੇ ਸੁੱਚੇ ਬਣ ਕੇ ਵੀ ਵਾਕਿਆ ਜਿੱਦਾਂ ਇਹਨਾਂ ਨੂੰ ਪਤਾ ਹੈ ਵੀ ਰਿਸ਼ਤੇਦਾਰ ਦਾ ਨਾਂ ਲੈ ਕੇ ਵੀ ਉਹ ਬੋਲ ਰਹੇ ਆ ਕਿਸੇ ਵੀ ਤਰੀਕੇ ਨਾਲ ਇਹ ਫਰਾਡ ਹੋ ਸਕਦੇ ਆ ਜਾਂ ਤੁਹਾਡੇ ਤੋਂ ਕੋਈ OTP ਵੀ ਜੇ ਮੰਗਿਆ ਜਾਂਦਾ ਤੇ ਸਾਨੂੰ ਉਹਦੇ ਲਈ ਵੀ ਹੁਸ਼ਿਆਰ ਰਹਿਣ ਦੀ ਬਹੁਤ ਜ਼ਰੂਰਤ ਹੈ ਵੀ ਹਾਂ ਇਹਨਾਂ ਅਸੀਂ ਫਰਾਡਸ ਤੋਂ ਅਸੀਂ ਬਚੀਏ ਔਰ ਕੋਈ ਵੀ ਕਿਸੇ ਦੇ ਤਰੀਕੇ ਦੀ ਆਪਣੀ ਇਨਫੋਰਮੇਸ਼ਨ ਜਾਣਕਾਰੀ ਜਿਹੜੀ ਹੈ ਬੈਂਕ ਦੀ ਜਾਂ ਕੋਈ ਹੋਰ OTP ਕਿਸੇ ਨਾਲ ਵੀ ਉਹ ਵੀ ਸ਼ੇਅਰ ਨਾ ਕਰੀਏ ਔਰ ਇਹ ਇਹਨਾਂ ਦਾ ਇੱਕ ਕਾਰਨ ਸਾਨੂੰ ਇੱਥੇ ਬੁਲਾਣ ਦਾ ਮਿਲਣ ਦਾ ਇਹ ਵੀ ਸੀ ਵੀ ਹਾਂ ਜਿਹੜਾ ਮੇਰੇ ਨਾਲ ਧੋਖਾ ਤਾਂ ਹੋ ਗਿਆ ਹੁਣ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਪਰ ਹੋਰ ਜਿਹੜੇ ਲੋਕ ਹੈ ਉਹ ਇਸ ਤੋਂ ਬਚ ਸਕਣ